ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਪਰ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਗੁਰਦੇਵਾਲ ਸਿੰਘ ਦੁਆਰਾ ਲਿਖੇ ਗਏ ਪਹਿਲੇ ਨਾਵਲ ਮੜੀ ਦਾ ਦੀਵਾ ਬਾਰੇ ਇਹ ਨਾਵਲ ਸਭ ਤੋਂ ਪਹਿਲਾਂ 1964 ਵਿੱਚ ਛਾਪਿਆ ਗਿਆ ਇਸ ਦੇ ਅਨੁਸਾਰ ਹੀ ਸਰੋਤਿਆਂ ਤੋਂ ਲੈ ਕੇ ਮਸ਼ਹੂਰ ਲੇਖਕਾਂ ਤੱਕ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਿੱਚ ਇਹ ਨਾਵਲ ਕਾਮਯਾਬ ਰਿਹਾ ਇਸ ਨਾਵਲ ਨੇ ਗੁਰਦੇਵਾਲ ਸਿੰਘ ਨੂੰ ਪੰਜਾਬੀ ਸਾਹਿਤ ਵਿੱਚ ਇੱਕ ਵੱਖਰੀ ਥਾਂ ਬਖਸ਼ੀ ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਆਧੁਨਿਕ ਭਾਰਤੀ ਕਲਾਸਿਕ ਵਜੋਂ ਪਰਮਾਨਿਤ ਆ ਅਤੇ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਛਾਪਿਆ ਇਸ ਨਾਵਲ ਦੀ ਪ੍ਰਸਿੱਧੀ ਤੇ ਵਿਸ਼ੇਸ਼ਤਾ ਬਾਰੇ ਇਹਨਾਂ ਗੱਲਾਂ ਤੋਂ ਪਤਾ ਚੱਲਦਾ ਹੈ ਕਿ ਇਹ ਪਹਿਲਾ ਪੰਜਾਬੀ ਨਾਵਲ ਹੈ ਜਿਸ ਦਾ ਰੂਸੀ ਭਾਸ਼ਾ ਵਿੱਚ ਅਨੁਵਾਦ ਹੋਇਆ ਅਤੇ ਇਸ ਦੀਆਂ 5 ਲੱਖ ਕਾਪੀਆਂ ਸੋਵੀਅਤ ਰੂਸ ਵਿੱਚ ਛਾਪ ਕੇ ਵਿਕੀਆਂ ਇਸ ਤੋਂ ਵੀ ਉੱਪਰ 1999 ਵਿੱਚ ਇਸ ਦੀ ਕਹਾਣੀ ਤੇ ਅਰਤਾਰਤ ਪੰਜਾਬੀ ਫਿਲਮ ਵੀ ਬਣੀ ਜਿਸ ਦਾ ਨਾਮ ਸੀ ਜਿਸ ਦਾ ਨਾਮ ਵੀ ਇਸ ਨਾਵਲ ਦੇ ਸਿਰਲੇਖ ਉੱਪਰ ਰੱਖਿਆ ਗਿਆ ਮੜੀ ਦਾ ਦੀਵਾ ਜੇਕਰ ਤੁਸੀਂ ਇਹ ਫਿਲਮ ਨਹੀਂ ਦੇਖੀ ਤਾਂ YouTube ਉੱਪਰ ਸਰਚ ਕਰਕੇ ਦੇਖ ਸਕਦੇ ਹੋ ਨਹੀਂ ਤਾਂ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਸ਼ਾਇਦ ਇਸ ਫਿਲਮ ਦਾ ਲਿੰਕ ਪ੍ਰੋਵਾਈਡ ਕਰ ਦੂੰਗਾ ਇਸ ਨਾਵਲ ਬਾਰੇ ਇੱਕ ਦਿਲਚਸਪ ਗੱਲ ਇਹ ਹੈ ਕਿ ਇਹਦਾ ਨਾਟਕੀ ਰੂਪ ਸਧਾਰਨ ਪਿੰਡ ਦੀਆਂ ਸੱਥਾਂ ਤੋਂ ਲੈ ਕੇ ਬੰਬਈ ਵਰਗੇ ਸ਼ਹਿਰ ਦੇ ਪ੍ਰਸਿੱਧ ਥੀਏਟਰਾਂ ਤੱਕ ਪੇਸ਼ ਕੀਤਾ ਗਿਆ ਸਭ ਤੋਂ ਪਹਿਲਾ ਇਸ ਦਾ ਨਾਟਕੀ ਰੂਪ ਪ੍ਰਸਿੱਧ ਨਿਰਦੇਸ਼ਕ ਅਤੇ ਨਾਟਕਕਾਰ ਸਰਦਾਰ ਗੁਰਸ਼ਰਨ ਸਿੰਘ ਨੇ ਪੇਸ਼ ਕੀਤਾ ਇਸ ਨਾਵਲ ਦੇ ਜੇ ਆਪਾਂ ਕਥਾਨਕ ਦੀ ਗੱਲ ਕਰੀਏ ਤਾਂ ਮੜੀ ਦਾ ਦੀਵਾ ਨਾਵਲ ਦੀ ਕਹਾਣੀ ਜਗਸੀਰ ਨਾਮ ਦੇ ਇੱਕ ਦਲਿਤ ਜਾਤੀ ਨਾਲ ਸੰਬੰਧਿਤ ਪਾਤਰ ਦੁਆਲੇ ਘੁੰਮਦੀ ਹੈ ਜਗਸੀਰ ਦੇ ਪਿਓ ਨੇ ਸਾਰੀ ਉਮਰ ਧਰਮ ਸਿੰਘ ਦੇ ਪਰਿਵਾਰ ਨਾਲ ਸੇਵਾ ਕੀਤਾ ਤੇ ਪਿਓ ਤੋਂ ਬਾਅਦ ਜਗਸੀਰ ਵੀ ਇਸ ਕਿੱਤੇ ਨਾਲ ਜੁੜਿਆ ਰਿਹਾ ਧਰਮ ਸਿੰਘ ਲਈ ਆਪਣੇ ਪੁੱਤਰ ਭੰਤੇ ਤੇ ਜਗਸੀਰ ਵਿੱਚ ਕੋਈ ਫਰਕ ਨਹੀਂ ਸੀ ਉਹ ਜਗਸੀਰ ਦੇ ਪਿਓ ਨੂੰ ਆਪਣੇ ਪਿਓ ਵੱਲੋਂ ਦਿੱਤਾ ਟਾਲੀ ਵਾਲਾ ਖੇਤ ਦੇਣਾ ਚਾਹੁੰਦਾ ਸੀ ਜਿੱਥੇ ਜਗਸੀਰ ਦੇ ਬਾਪ ਦੀ ਮੜੀ ਵੀ ਬਣੀ ਹੋਈ ਸੀ ਪਰ ਕੁਝ ਕਾਰਨਾ ਕਰਕੇ ਉਹ ਮਾਲਕੀ ਇੰਤਕਾਲ ਨਹੀਂ ਕਰ ਸਕਿਆ ਹੌਲੀ ਹੌਲੀ ਉਸ ਦੀ ਪਤਨੀ ਤੇ ਪੁੱਤਰ ਦੋਵੇਂ ਜਗਸੀਰ ਸਿੰਘ ਪ੍ਰਤੀ ਧਰਮ ਸਿੰਘ ਦੇ ਪ੍ਰੇਮ ਭਰੇ ਵਤੀਰੇ ਨੂੰ ਗੁਨਾਹ ਵਜੋਂ ਲੈਣ ਲੱਗ ਪਏ ਵੰਤਾ ਜਗਸੀਰ ਦੇ ਖੇਤ ਵਾਲੇ ਟਾਲੀ ਵੜਾ ਦਿੰਦਾ ਹੈ ਤੇ ਜਗਸੀਰ ਆਪਣੇ ਪਿਓ ਦੀ ਮੜੀ ਦੀਆਂ ਚਾਰ ਕੋਇਟਾ ਕਰ ਲਿਆ ਕੇ ਰੱਖ ਲੈਂਦਾ ਹੈ ਜਗਸੀਰ ਦੀ ਮਾਂ ਦੀ ਮੌਤ ਹੋ ਜਾਂਦੀ ਹੈ ਤੇ ਉਹ ਅੰਦਰੋਂ ਟੁੱਟ ਜਾਂਦਾ ਹੈ ਧਰਮ ਸਿੰਘ ਭਾਨੀ ਤੇ ਰੌਣਕੀ ਤੋਂ ਸਿਵਾ ਕੋਈ ਉਹਦਾ ਦਰਦ ਨਹੀਂ ਹੁੰਦਾ ਰੌਣਕੀ ਦੀ ਪਤਨੀ ਜਦ ਉਸ ਨੂੰ ਛੱਡ ਕੇ ਚਲੀ ਜਾਂਦੀ ਤਾਂ ਉਹਦੇ ਰੱਬ ਨੂੰ ਲਾਂਬੇ ਅਤੇ ਸਾਰੇ ਬਿਰਤਾਤ ਵਿੱਚ ਰਚਿਆ ਕਥਨ ਬੰਦਿਆ ਤੇਰੀਆਂ ਦੱਸ ਦੇਈਆਂ ਇੱਕ ਗਈ ਵਿਹਾਂ ਨੋਂ ਕਿੱਧਰ ਗਈਆਂ ਮਾਹੌਲ ਕੋਰ ਦੁਖਾਂਤ ਦੀ ਰੰਗਤ ਛਾੜ ਦਿੰਦਾ ਹੈ ਆਲੋਚਨਾ 94% ਗੂਗਲ ਯੂਜ਼ਰ ਨੇ ਇਸ ਨਾਵਲ ਨੂੰ ਪਸੰਦ ਕੀਤਾ ਹੈ ਅਤੇ ਨਾਨਕ ਸਿੰਘ ਪੰਜਾਬੀ ਦੇ ਨਾਵਲਕਾਰ ਨਾਵਲ ਪੜ੍ਹ ਕੇ ਲਿਖਿਆ ਕਿ ਮੜੀ ਦਾ ਦੀਵਾ ਪੰਜਾਬੀ ਦਾ ਪਹਿਲਾ ਨਾਵਲ ਹੈ ਜਿਨੇ ਮੈਨੂੰ ਨਸ਼ਿਆ ਦਿੱਤਾ ਇਸ ਨਾਵਲ ਦੀ ਜੇਕਰ ਕੀਮਤ ਦੀ ਗੱਲ ਕਰੀਏ ਤਾਂ ਇਹ ਇਹ 125 ਜਾਂ 130 ਵਿੱਚ ਮਿਲ ਜਾਏਗਾ ਕਿਤੋਂ ਵੀ ਤੁਸੀਂ ਕਿਸੇ ਵੀ ਬੁੱਕਸਟੋਰ ਤੋਂ ਖਰੀਦ ਸਕਦੇ ਹੋ ਜਾਂ ਫਿਰ ਆਨਲਾਈਨ ਆਰਡਰ ਕਰ ਸਕਦੇ ਹੋ ਜੇ ਤੁਸੀਂ ਚੰਗਾ ਸਾਹਿਤ ਪੜਨ ਦੇ ਸ਼ੌਕੀਨ ਹੋ ਤਾਂ ਤੁਸੀਂ ਇਹ ਨਾਵਲ ਪੜ ਲਿਆ ਹੋਵੇਗਾ ਨਹੀਂ ਤੇ ਤੁਸੀਂ ਇਹ ਨਾਵਲ ਪੜ ਰਹੇ ਹੋਵੋਗੇ ਪਰ ਜਿਹੜੇ ਮੇਰੇ ਵੀਰਾਂ ਅਤੇ ਭੈਣਾਂ ਨੇ ਇਹ ਨਾਵਲ ਨਹੀਂ ਪੜਿਆ ਇਸ ਨਾਵਲ ਨੂੰ ਜ਼ਰੂਰ ਪੜੋ ਜਿਨ੍ਹਾਂ ਪੜ ਲਿਆ ਹੈ ਉਹ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਨਾਵਲ ਕਿਸ ਤਰ੍ਹਾਂ ਦਾ ਲੱਗਿਆ ਜਿਨ੍ਹਾਂ ਨਹੀਂ ਪੜਿਆ ਉਹ ਪਹਿਲਾਂ ਇਸ ਨਾਵਲ ਨੂੰ ਪੜਨ ਫਿਰ ਆ ਕੇ ਕਮੈਂਟ ਜ਼ਰੂਰ ਕਰਨ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ